ਇੱਛਾ ਧਰਮ ਅਰਥ ਕਾਮ ਮੋਗ ਚਾਰ ਪਦਾਰਥ ਮੰਨੇ ਹਨ। ਪਰਮੇਸ਼ਰ ਦੀ ਭਗਤੀ ਕਰਕੇ ਚਾਰੇ ਪਦਾਰਥਾਂ ਦੀ ਪ੍ਰਾਪਤੀ ਹੁੰਦੀ ਹੈ। ਇਸੇ ਤਰ੍ਹਾਂ ਪਰਮੇਸ਼ਰ ਕਹਿੰਦਾ ਹੈ ਮੇਰੇ ਚਾਰ ਕਿਸਮ ਦੇ ਭਗਤ ਹਨ। ਇੱਕ ਤਾਂ ਦੁਨੀਆਂ ਦੇ ਕਿਸੇ ਵੀ ਪਦਾਰਥ ਨੂੰ ਲੈ ਕੇ ਧਨ ਪੁੱਤਰ ਜਾਇਦਾਦ ਕੋਈ ਹੋਰ ਦੁਨੀਆਂ ਦੇ ਰੁਤਬੇ ਵਾਸਤੇ ਭਗਤੀ ਕਰਦਾ ਹੈ, ਔਰ ਇੱਕ ਪ੍ਰਲੋਕ ਵਾਸਤੇ ਕਰਦਾ ਹੈ, ਔਰ ਇੱਕ ਮੇਰਾ ਮਿਲਾਪ ਚਾਹੁੰਦਾ ਹੈ, ਔਰ ਚੌਥੇ ਮੈਨੂੰ ਮਿਲੇ ਹੋਏ ਹਨ। ਜਿਹੜੇ ਮੈਨੂੰ ਮਿਲੇ ਹੋਏ ਹਨ ਉਹਨਾਂ ਚਾਰ ਮੇਰੇ 'ਚ ਕੋਈ ਫਰਕ ਨਹੀਂ ਹੈ। ਦਸਵੇਂ ਪਾਤਸ਼ਾਹ ਮਹਾਰਾਜ ਨੇ ਫਰਮਾਇਆ ਹੈ ਆਤਮ ਰਸ ਜੇ ਜਾਣਿਆ ਸੋ ਹੈ ਖਾਲਸ ਦੇਵ, ਮੋਹ ਮੈਂ ਪ੍ਰਭ ਮੈਂ ਤਾਸ ਮੈਂ ਰੰਚਕ ਨਾਹੀਂ ਭੇ। ਹਰ ਹਰ ਜਨ ਦੁਇ ਏਕ ਹੈ ਵੇ ਵਿਚਾਰ ਕਿਸ ਨਾਹੀਂ, ਜਲ ਤੇ ਉਜ ਤਰੰਗ ਜਿਉਂ ਜਲ ਹੀ ਵਿਖੇ ਸਮਾਹੇ। ਔਰ ਹਰੀ ਦੇ ਪਿਆਰੇ ਪਰਮੇਸ਼ਰ ਦੇ ਪਿਆਰੇ ਉਹ ਵਾਹਿਗੁਰੂ ਦਾ ਹੀ ਰੂਪ ਹੋਇਆ ਕਰਦੇ ਹਨ, ਕੋਈ ਫਰਕ ਨਹੀਂ। ਮਹਾਰਾਜ ਨੇ ਵੀ ਗੁਰਬਾਣੀ ਦੇ ਵਿੱਚ ਫਰਮਾਇਆ ਹੈ ਇੱਛਾ ਪੂਰਕ ਸਰਵ ਸੁਖਦਾਤਾ ਹਰ ਜਾ ਕੇ ਵਸ ਹੈ ਕਾਮ ਤਿੰਨ। ਪਰਮੇਸ਼ਰ ਦੀ ਭਗਤੀ ਸਾਰੀਆਂ ਹੀ ਇਸ ਜੀਵ ਦੀਆਂ ਮਨੋਕਾਮਨਾ ਪੂਰੀਆਂ ਕਰਨ ਨੂੰ ਸਮਰੱਥ ਹੈ। ਇੱਛਾ ਪੂਰੀਆਂ ਹੁੰਦੀਆਂ ਆਈਆਂ ਨੇ ਸੰਤਾਂ ਭਗਤਾਂ ਦੀਆਂ, ਜਿਹੜੇ ਭਗਤੀ ਕਰਦੇ ਰਹੇ ਨੇ, ਨਾਮ ਜਪਦੇ ਰਹੇ ਨੇ, ਹੁਣ ਵੀ ਹੋ ਰਹੀਆਂ ਹਨ, ਔਰ ਅੱਗੇ ਵਾਸਤੇ ਵੀ ਜਿਹੜੇ ਕਰਨਗੇ ਹੋਣਗੀਆਂ। ਗੱਜ ਕੇ ਸ਼ਬਦ ਪੜ੍ਹੋ। ਸਭੇ ਇੱਛਾ ਹੁਣ ਤੇਰੀਆਂ ਪੂਰੀਆਂ, ਸਤਨਾਮ ਜਪ ਕੇ ਵਾਹਿਗੁਰੂ। ਇੱਛਾ ਹੁਣ ਤੇਰੀਆਂ ਪੂਰੀਆਂ, ਸਤਨਾਮ ਜਪ ਕੇ ਵਾਹਿਗੁਰੂ।
ਇੱਛਾ ਪੂਰਕ ਸਰਵ ਸੁਖ ਦਾਤਾ ਹਰ ਜਾ ਕੇ ਵਸ ਹੈ ਕਾਮ ਤੈਨਾ।